ਭਾਈ ਨਿਰਮਲ ਸਿੰਘ ਖਾਲਸਾ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ, ਜਿਸ ਤੋਂ ਬਾਅਦ ਕੈਬਨਿਟ ਮੰਤਰੀ ਓਪੀ ਸੋਨੀ ਨੇ ਹਸਪਤਾਲ ਦੇ ਪ੍ਰਬੰਧਕਾਂ ਤੇ ਲੱਗੇ ਇਲਜ਼ਾਮਾਂ ਦਾ ਜਵਾਬ ਦਿੱਤਾ। ਸੋਨੀ ਨੇ ਕਿਹਾ ਕਿ ਗੁਰੂ ਰਾਮਦਾਸ ਹਸਪਤਾਲ ਦੇ ਡਾਕਟਰਾਂ ਨੇ ਭਾਈ ਨਿਰਮਲ ਸਿੰਘ ਨੂੰ ਗੁਰੂ ਨਾਨਕ ਹਸਪਤਾਲ ਵਿੱਚ ਰੈਫਰ ਕੀਤਾ ਸੀ, ਜਿੱਥੇ ਡਾਕਟਰਾਂ ਨੇ ਭਾਈ ਸਾਹਿਬ ਦੇ ਇਲਾਜ ਵਿੱਚ ਕੋਈ ਕਸਰ ਨਾ ਛੱਡੀ। ਸਾਡੇ ਬੜੇ ਸਤਿਕਾਰਯੋਗ ਸੀਗੇ, ਉਹਨਾਂ ਦੀ ਜਿਹੜੀ ਡੈਥ ਹੋਈ ਆ ਕਰੋਨਾ ਵਾਇਰਸ, ਉਹਦੇ ਬਾਰੇ ਜਿਹੜੀ ਵੀਡੀਓ ਕੋਈ ਜਾਰੀ ਹੋਈ ਆ, ਹੱਥ ਨਾ ਲਾ ਯਾਰ, ਉਹ ਜਿੱਦਾਂ ਉਹਨਾਂ ਦੇ ਭਤੀਜੇ ਸੀਗੇ, ਉਹਨਾਂ ਦੇ ਕਿਹਾ ਕਿ ਸਾਡਾ ਪ੍ਰੋਪਰ ਇਲਾਜ ਨਹੀਂ। ਮੈਂ ਇਹ ਗੱਲ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ, ਅੱਜ ਅਸੀਂ ਰਿਵਿਊ ਵੀ ਕੀਤਾ, ਡਾਕਟਰ ਸਭਾ ਦੀ ਮੀਟਿੰਗ ਵੀ ਲਈ ਆ, ਮੈਡਮ ਪ੍ਰਿੰਸੀਪਲ ਬੈਠੇ ਨੇ, ਐਮ ਐਸ ਬੈਠੇ ਨੇ, ਮੈਡਮ ਸਿਵਲ ਸਰਜਨ ਨੇ, ਸਾਡੇ ਡਿਪਟੀ ਕਮਿਸ਼ਨਰ, ਕਮਿਸ਼ਨਰ ਪੁਲਿਸ। ਮੈਂ ਗੱਲ ਦੱਸਣਾ ਚਾਹੁੰਦਾ ਕਿ ਸਾਡੇ ਡਾਕਟਰਾਂ ਵੱਲੋਂ ਕੋਈ ਕਮੀ ਪੇਸ਼ੀ ਰਹੀ ਨਹੀਂ। ਆਹ ਜਿਹੜੀਆਂ ਗੱਲਾਂ ਨਿੱਕੀਆਂ ਨਿੱਕੀਆਂ ਕਿ ਉੱਥੇ ਥਰਮਾਮੀਟਰ ਨਹੀਂ, ਤੁਸੀਂ ਵੇਖੋ ਵੀ ਏਡਾ ਵੱਡਾ ਹੋਸਪਿਟਲ ਜਿੱਥੇ ਥਰਮਾਮੀਟਰ ਨਾ ਹੋਵੇ, ਇਹ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਨੇ। ਉਹਨਾਂ ਜਿਸ ਵੇਲੇ ਸਾਡੇ ਕੋਲ ਆਏ ਨੇ, ਗੁਰੂ ਰਾਮਦਾਸ ਹੋਸਪਿਟਲ 'ਚ ਗਏ ਸੀਗੇ, ਉਹਨਾਂ ਰੱਖਿਆ ਨਹੀਂ, ਸੋ ਉਹਨਾਂ ਨੇ ਰੈਫਰ ਕੀਤਾ ਇੱਥੇ ਉਹਨਾਂ ਨੂੰ ਖਾਲਸਾ ਜੀ ਨੂੰ। ਸੋ ਉਹਨਾਂ ਨੂੰ ਜਦੋਂ ਜਿਸ ਵੇਲੇ ਉਹਨਾਂ ਦਾ ਟੈਸਟ ਹੋਇਆ, ਇੱਥੇ 4-5 ਘੰਟੇ ਲੱਗਦੇ ਨੇ, ਉੱਥੇ ਉਹਨਾਂ ਨੂੰ ਇਲਾਜ ਲਈ ਜਿਹੜਾ ਹੈ ਆਈਸੋਲੇਸ਼ਨ ਵਾਰਡ 'ਚ ਜਿਹੜਾ ਉਹਨਾਂ ਨੂੰ ਸ਼ਿਫਟ ਕੀਤਾ ਗਿਆ, ਉੱਥੇ ਉਹਨਾਂ ਦਾ ਪ੍ਰੋਪਰ ਇਲਾਜ ਜਿਹੜਾ ਉਹ ਕੀਤਾ। ਜਿਸ ਵੇਲੇ ਉਹਨਾਂ ਨੂੰ ਇਹ ਪਤਾ ਲੱਗਾ ਕਿ ਮੈਂ ਪੋਜ਼ੀਟਿਵ ਆ ਗਿਆ, ਮੈਨੂੰ ਕਰੋਨਾ ਵਾਇਰਸ ਆ, ਉਹਨਾਂ ਨੇ ਥੋੜ੍ਹਾ ਜਿਹਾ ਵੈਸੀ ਉਹ ਬੰਦਾ ਜਦੋਂ ਜਿਹਾ ਪਤਾ ਲੱਗਦਾ ਥੋੜ੍ਹਾ ਏਜ ਵੀ ਸਨ, ਥੋੜ੍ਹਾ ਉਸੇ ਵਾਲੀ ਉਹ ਸਹਿਮ ਗਏ। ਉਸ ਤੋਂ ਬਾਅਦ ਉਹਨਾਂ ਦੀ ਤਬੀਅਤ ਜਿਹੜੀ ਆ ਨਾਲ ਹੀ ਢਿੱਡੀ ਚਾਲੂ ਹੋ ਗਈ। ਸੋ ਤੇਰਾ ਡਾਕਟਰ ਨੇ ਵਾਹ ਲਾਇਆ ਉੱਥੇ, ਜੋ ਡਾਕਟਰ ਕਰ ਸਕਦੇ ਸੀਗੇ, ਕਿਸੇ ਤਰ੍ਹਾਂ ਦੀ ਸਰਕਾਰ ਵੱਲੋਂ ਇਸ ਹੋਸਪਿਟਲ 'ਚ ਸਮਾਨ ਜਿਹੜਾ ਕਰੋਨਾ ਵਾਇਰਸ ਨਾਲ ਸੰਬੰਧਿਤ ਜੋ ਵੀ ਕੁਛ ਸੀਗਾ ਸਾਰਾ ਸਮਾਨ ਸਰਕਾਰ ਨੇ ਮੁਹੱਈਆ ਕਰਵਾਇਆ। ਸੀ ਐਮ ਸਾਹਿਬ ਆਪ ਵੇਖ ਰਹੇ ਨੇ, ਡੇਲੀ ਸੀ ਐਮ ਸਾਹਿਬ ਆਪ ਗੱਲ ਕਰ ਰਹੇ ਨੇ ਕਿ ਕਿਸੇ ਚੀਜ਼ ਦੀ ਮੁਸ਼ਕਿਲ ਤਾਂ ਨਹੀਂ। ਸੋ ਅਸੀਂ ਮੀਡੀਆ ਕਰ ਰਹੇ ਨੇ, ਤੁਸੀਂ ਪਿੱਛੇ ਵੀ 4 ਦਿਨ ਪਹਿਲਾਂ ਇੱਥੇ ਆਏ ਸੀਗੇ, ਸੋ ਉਸ ਵੇਲੇ ਸਾਰਾ ਕੁਝ ਦੱਸਿਆ ਸੀਗੇ, ਤੁਹਾਨੂੰ ਵੀ ਪਤਾ ਟੀਮਾਂ ਲੱਗੀਆਂ ਨੇ। ਸੋ ਕੋਈ ਇਹੋ ਜਿਹੀ ਗੱਲ ਨਹੀਂ, 19-21 ਜੇਕ ਦੇ ਮਾੜੀ ਮੋਟੀ ਕੋਈ ਮੁਸ਼ਕਿਲ ਆਈ ਤਾਂ ਪੇਰੈਂਟਸ ਦੱਸ ਸਕਦੇ ਨੇ, ਪ੍ਰਿੰਸੀਪਲ ਨੂੰ ਦੱਸ ਸਕਦੇ ਨੇ, ਉਹਨਾਂ ਦੇ VIP ਟ੍ਰੀਟਮੈਂਟ ਕੀਤੀ ਹੈ, ਸਪੈਸ਼ਲ ਕਮਰਾ ਉਹਨਾਂ ਨੂੰ ਦਿੱਤਾ ਗਿਆ, ਉਹਨਾਂ ਨੂੰ ਸਪੈਸ਼ਲ ਕਮਰਾ ਦਿੱਤਾ ਗਿਆ ਹੋਸਪਿਟਲ 'ਚ ਜਿੱਥੇ ਉਹਨਾਂ ਦੀ ਟ੍ਰੀਟਮੈਂਟ ਚੱਲੀ ਆ। ਪਰ ਪਰਮਾਤਮਾ ਦਾ ਜੋ ਹੁਕਮ ਆ ਉਹਦੇ ਅੱਗੇ ਝੁਕਣਾ ਪੈਂਦਾ, ਤਾਂ ਸਾਨੂੰ ਵੀ ਦੁੱਖ ਆ ਉਹਨਾਂ ਦੀ ਮੌਤ ਨਾਲ, ਪਰ ਇਲਾਜ ਜਿਹੜਾ ਇੱਕ ਪੇਸ਼ੈਂਟ ਦਾ ਨਹੀਂ ਹੋ ਰਿਹਾ। ਸਾਡੇ ਕੋਲ ਹੁਣ ਇਸ ਵੇਲੇ ਤਕਰੀਬਨ 9-10 ਜਿਹੜੇ ਪੇਸ਼ੈਂਟ ਨੇ ਉਹ ਪੋਜ਼ਿਟਿਵ ਨੇ ਇੱਥੇ, ਸਾਰਿਆਂ ਦਾ ਇਲਾਜ ਸਾਡੇ ਡਾਕਟਰ ਹੀ ਕਰ ਰਹੇ ਨੇ। ਡਾਕਟਰ ਸਾਡੇ ਵੈਸੇ ਤੁਹਾਨੂੰ ਪਤਾ ਅੰਮ੍ਰਿਤਸਰ ਦੇ ਡਾਕਟਰ ਜਿਹੜੇ ਨੇ ਉਹ ਪੁਰਾਣਾ ਹੀ ਨਾਂ ਹੈ ਸਾਡੇ ਇਸ ਮੈਡੀਕਲ ਕਾਲਜ ਦਾ। ਸੋ ਇਲਾਜ ਵੱਲੋਂ ਕੋਈ ਕਮੀ ਨਹੀਂ ਆ ਰਹੀ, DC ਸਾਹਿਬ ਵੇਖ ਰਹੇ ਆ, ਕਮਿਸ਼ਨਰ ਪੁਲਿਸ ਇੱਥੇ ਆਉਂਦੇ ਨੇ ਹਰ ਵਾਰੀ ਨਾਲ, ਜਿਹੜੀ ਜਿਹੜੀ ਚੀਜ਼ ਦੀ ਇਹਨਾਂ ਨੂੰ ਲੋੜ ਹੁੰਦੀ ਹੈ ਡਿਪਟੀ ਕਮਿਸ਼ਨਰ ਪ੍ਰੋਵਾਈਡ ਕਰਾ ਰਹੇ ਨੇ, ਕਮਿਸ਼ਨਰ ਪੁਲਿਸ ਵੀ ਲੱਗੇ ਨੇ, ਮੈਂ ਵੀ ਲੱਗਾ, ਮੇਰਾ ਆਪਣਾ ਸ਼ਹਿਰ ਆ, ਮੈਨੂੰ ਆਪਣਾ ਮੈਨੂੰ ਫਿਕਰ ਆ, ਮੇਰੇ ਕੋਲ ਇਹ ਮਹਿਕਮਾ ਵੀ ਆ। ਸੋ ਕਿਸੇ ਤਰ੍ਹਾਂ ਦੀ ਅਸੀਂ ਇਹਨਾਂ ਨੂੰ ਮੁਸ਼ਕਿਲ ਨਹੀਂ ਆਉਣ ਦਿੰਦੇ। ਜਿੱਥੋਂ ਤੱਕ ਸਮਾਨ ਦਾ ਸਵਾਲ ਹੈ, ਸਾਡੇ ਕੋਲ ਹਰ ਚੀਜ਼ ਹੈਗੀ, ਸਾਡੇ ਕੋਲ ਅੱਜ ਵੀ 500 ਦੇ ਕਰੀਬ ਜਿਹੜੀ ਆ ਉਹ ਕਿੱਟ ਪਈ ਆ, ਰਿਜ਼ਰਵ 'ਚ ਰੱਖੀ ਆ ਕਿਤੇ ਐਮਰਜੈਂਸੀ, ਬਾਕੀ ਡੇਲੀ ਜਿੰਨੀ ਲੋੜ ਹੁੰਦੀ ਆ ਉਹ ਆ ਰਹੀ ਆ, ਸਾਡੇ ਕੋਲ ਕਿੱਟਸ ਵੀ ਆ ਰਹੀਆਂ, ਸਾਡੇ ਕੋਲ ਜਿਹੜੇ ਮੌਤ ਜਿਹੜੇ ਨੇ ਉਹ ਵੀ ਆ ਰਹੇ ਨੇ। ਜਿਹੜੇ ਬਾਕੀ ਦੇ ਟੈਸਟ ਹੋ ਰਹੇ ਨੇ, ਬਾਕੀ ਜਿਹੜੇ ਨੇ 5 ਸਾਡੇ ਕੋਲ ਪੋਜ਼ਿਟਿਵ ਨੇ, 5 ਪੋਜ਼ਿਟਿਵ ਨੇ, ਬਾਕੀਆਂ ਦੇ ਟੈਸਟ ਹੋ ਰਹੇ ਨੇ। ਸੋ ਪਰਮਾਤਮਾ ਕਰੇ ਉਹ ਫਿਰ ਨੈਗੇਟਿਵ ਹੋ ਜਾਣ, ਸੋ ਅਸੀਂ ਤੇ ਇਹੋ ਹੀ ਸੋਚ ਰਹੇ ਆ ਵੀ ਪੋਜ਼ਿਟਿਵ ਘੱਟ ਹੀ ਨਿਕਲਣ, ਕਿੰਨੇ ਟੈਸਟ ਕਰ ਚੁੱਕੇ ਅਸੀਂ, ਕੰਮ ਜਿਹੜੇ ਨੇ
435 ਦੇ ਕਰੀਬ ਜਿਹੜੇ ਨੇ 500 ਕਿੰਨੇ ਦਾ ਥੋੜੀ ਅਸੀਂ ਟੈਸਟ ਕੀਤੇ ਨੇ ਇੱਥੇ ਉਹਦੇ ਚੋਂ 90% 98% ਦੇ ਕਰੀਬ ਜਿਹੜੇ ਨੇ ਉਹ ਨੈਗੇਟਿਵ ਹੀ ਆਏ ਨੇ ਸੋ ਸਾਨੂੰ ਇਹ ਪਤਾ ਕਿ ਪੇਸ਼ੈਂਟ ਜਿਹੜੇ ਆ ਰਹੇ ਨੇ ਉਹ ਪੇਸ਼ੈਂਟ ਕਈ ਵਾਰ ਆਉਂਦੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਹੁਣ ਇੱਕ ਦੋ ਪੇਸ਼ੈਂਟ ਬਹੁਤ ਸੀਰੀਅਸ ਆਏ ਲਾਸਟ ਸਟੇਜ 'ਤੇ ਇੱਥੇ ਸਾਡੇ ਕੋਲ ਆਏ ਸੋ ਉਹਨਾਂ ਦਾ ਇਲਾਜ ਵੀ ਕਿਸੇ ਵੇਲੇ ਜਿਹੜਾ ਕਰਦਾ ਬੰਦਾ ਫਿਰ ਪਰਮਾਤਮਾ ਦਾ ਜੇ ਭਾਣਾ ਵਰਤ ਜਾਂਦਾ ਤਾਂ ਉਹਦੇ ਅੱਗੇ ਕਿਸਾ ਜੋਰ ਦੇ ਸੋ ਮੈਂ ਸਮਝਣਾ ਦੁੱਖ ਵਾਲੀ ਗੱਲ ਹੈ ਇਸ ਘੜੀ 'ਚ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਸਰਕਾਰ ਬੜੀ ਤਗੜੀ ਹੋ ਕੇ ਲੱਗੀ ਆ ਕਿਸੇ ਤਰ੍ਹਾਂ ਦੀ ਇੱਥੇ ਅਸੀਂ ਕੋਈ ਮੁਸ਼ਕਲ ਸੀਗਾ ਸਭ ਆਉਣ ਨਹੀਂ ਦਿੰਦੇ ਸਾਰੇ ਹਸਪਤਾਲਾਂ ਲਈ ਉਹ ਵੇਖ ਰਹੇ ਨੇ ਸਾਰੇ ਪੰਜਾਬ ਵੱਲ ਵੇਖ ਰਹੇ ਨੇ ਤੁਸੀਂ ਵੇਖੋ ਸਭ ਤੋਂ ਪਹਿਲਾਂ ਜੇ ਲੋਕਡਾਊਨ ਹੋਇਆ ਤੇ ਪੰਜਾਬ ਨੇ ਕੀਤਾ ਸੀਐਮ ਸਾਹਿਬ ਨੇ ਕੀਤਾ ਇੱਥੇ ਫਿਰ ਸਰਕਾਰ ਵੱਲੋਂ ਹਰ ਚੀਜ਼ ਜਿਹੜੀ ਆ ਗਰੀਬ ਲੋਕ ਜਿਨ੍ਹਾਂ ਨੂੰ ਰਾਸ਼ਨ ਦੀ ਮੁਸ਼ਕਲ ਆ ਉਹਦਾ ਵੀ ਸਾਰਾ ਇੰਤਜ਼ਾਮ ਹੋ ਰਿਹਾ ਸੋ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਮੈਂ ਤੁਹਾਨੂੰ ਇੱਕ ਗੱਲ ਸਮਝਾਉਂਦਾ ਪੰਜਾਬੀ ਚ ਸਮਝਾ ਦਿੰਦਾ ਤੁਹਾਨੂੰ ਤੁਸੀਂ ਤਾਂ ਸਾਰੇ ਸਿਆਣੇ ਹੋ ਤੁਸੀਂ ਤਾਂ ਆਪ ਵੇਖਿਆ ਕਰੋ ਜੋ ਸੈਂਟਰ ਗੌਰਮੈਂਟ ਦੀਆਂ ਗਾਈਡਲਾਈਨਸ ਜੋ ਆਈਆਂ ਨੇ ਦੋ ਦੋ ਚੀਜ਼ਾਂ ਜਿਹੜੀਆਂ ਨੇ ਇੱਕ ਹਾਈ ਇੱਕ ਲੋ ਜਿਹੜੇ ਪੇਸ਼ੈਂਟ ਪਹਿਲੀ ਕੈਟਾਗਰੀ 'ਚ ਆਉਂਦੇ ਨੇ ਹਾਈ ਨੇ ਜਿਹੜੇ ਪੇਸ਼ੈਂਟ ਉਹਨਾਂ ਵਾਸਤੇ ਜਿਹੜਾ ਜਿਹੜੇ ਡਾਕਟਰਾਂ ਦੀਆਂ ਡਿਊਟੀਆਂ ਨੇ ਉਹਨਾਂ ਵਾਸਤੇ ਜਿਹੜਾ ਐਡਰੈਸ ਜਾਂ ਹੋਰ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਜ਼ਰੂਰੀ ਪਾ ਕੇ ਜਾਣੀਆਂ ਚਾਹੀਦੀਆਂ ਨੇ ਉਹ ਗੌਰਮੈਂਟ ਸੈਂਟਰ ਗੌਰਮੈਂਟ ਦੀਆਂ ਜੋ ਗਾਈਡਲਾਈਨਸ ਉਹਦੇ ਮੁਤਾਬਕ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਹੁਣ ਜਿਹੜੀਆਂ ਨਰਸਿਸ ਉੱਥੇ ਜਾਂਦੀਆਂ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਕਿਸੇ ਚੀਜ਼ ਦੀ ਕੋਈ ਮੁਸ਼ਕਲ ਨਹੀਂ ਅਸੀਂ ਪਹਿਲਾਂ ਉਹਨਾਂ ਨੂੰ ਬਚਾਵਾਂਗੇ ਪਹਿਲਾਂ ਤੁਸੀਂ ਵੇਖੋ ਵੀ ਜਿੰਨਾ ਚਿਰ ਡਾਕਟਰ ਜਾਂ ਨਰਸਾਂ ਸੇਫ ਨਹੀਂ ਜਾਂ ਸਟਾਫ ਸੇਫ ਨਹੀਂ ਉਹ ਕਿਸੇ ਦਾ ਇਲਾਜ ਕੀ ਕਰਨਗੇ ਸਾਰਾ ਵਜੇ ਕਮਿਟਮੈਂਟ ਗੱਲ ਪੂਰੀ ਹੋ ਜਾਂਦੀ ਜਿਹੜੇ ਪਿੱਛੇ ਨੇ ਹੁਣ ਜਿਹੜੇ ਪਿੱਛੇ ਸਟਾਫ ਆ ਦੂਜੀਆਂ ਮਾੜਾ ਜਿਹੜੇ ਨੋਰਮਲ ਪੇਸ਼ੈਂਟ ਨੇ ਉਹਨਾਂ ਵਾਸਤੇ ਇਹ ਗਾਈਡਲਾਈਨ ਨਹੀਂ ਉਹਨਾਂ ਵਾਸਤੇ ਜਿਹੜੇ ਲੋ ਨੇ ਉਹਨਾਂ ਵਾਸਤੇ ਜਿਹੜੀਆਂ ਗਾਈਡਲਾਈਨਸ ਨੇ ਉਹਦੇ ਮੁਤਾਬਕ ਉਹਨਾਂ ਨੂੰ ਆਲਰੇਡੀ ਮਿਲਦਾ ਪਹਿਲਾਂ ਹੀ ਮਿਲਦਾ ਹੁਣ ਹੀ ਮਿਲ ਰਿਹਾ ਹੁਣ ਸਾਰਾ ਹੋਸਪਿਟਲ ਦਾ ਸਟਾਫ ਹੀ ਕਹਿ ਦੇ ਪੀਐਮ ਤੋਂ ਲਾ ਕੇ ਉੱਪਰ ਤੱਕ ਜਿਹਨਾਂ ਦੀਆਂ ਉੱਥੇ ਡਿਊਟੀਆਂ ਵੀ ਨਹੀਂ ਵੀ ਸਾਨੂੰ ਵੀ ਜੋ ਗਾਈਡਲਾਈਨਸ ਨੇ ਉਹਨਾਂ ਨੂੰ ਉਲਟੀ ਦੇ ਦਿਓ ਇਹਨਾਂ ਸਮਾਨ ਕਿੱਥੋਂ ਆਏਗਾ ਜੀ ਸੋ ਇਸ ਕਰਕੇ ਇਹ ਪ੍ਰੋਬਲਮ ਜਿਹੜੇ ਡਾਕਟਰ ਨਰਸਾਂ ਸਟਾਫ ਜਿਹਨਾਂ ਦੀਆਂ ਡਿਊਟੀਆਂ ਨੇ ਜਿਹੜੇ ਪੇਸ਼ੈਂਟ ਨੇ ਕਰੋਨਾ ਦੇ ਜਿਨ੍ਹਾਂ ਦੀਆਂ ਉੱਥੇ ਉਸ ਵਾਰਡ 'ਚ ਡਿਊਟੀਆਂ ਨੇ ਉਹਨਾਂ ਨੂੰ ਹਰ ਚੀਜ਼ ਜਿਹੜੀ ਹੈ ਪ੍ਰੋਵਾਈਡ ਕੀਤੀ ਜਾ ਰਹੀ ਹੈ ਕਿਸੇ ਚੀਜ਼ ਦੀ ਉਹ ਕਮੀ ਨਹੀਂ ਮਨਸੂਰ ਸਾਹਿਬ ਜਿਹੜਾ ਜਿਹੜੇ ਨਰਸ ਨੇ ਭਾਈ ਖਾਲਸਾ ਜੀ ਟ੍ਰੀਟਮੈਂਟ ਕੀਤੀ ਉਹਨੂੰ ਇੰਜੈਕਸ਼ਨ ਦਿੱਤੇ ਹੈ ਕਿ ਉਹਨਾਂ ਨੂੰ ਟੈਸਟ ਨਹੀਂ ਕੀਤਾ ਗਿਆ ਤਾਂ ਉਹਨਾਂ ਦੇ ਆਪਣੇ ਧਰਨੇ ਦੌਰਾਨ ਠੀਕ ਆ ਪੰਦਰਾਂ ਤੋਂ ਵੀਹ ਨਰਸਿੰਗ ਸਟਾਫ ਮੈਂਬਰ ਨੇ ਜਿਹੜੇ ਸਿੱਧੇ ਤੌਰ ਤੇ ਭਾਈ ਖਾਲਸਾ ਦੇ ਸੰਪਰਕ ਸਰ ਉਹਦੇ ਟ੍ਰੀਟਮੈਂਟ ਦੇ ਦੌਰਾਨ ਉੱਥੇ ਐਂਟਰੀ ਨਹੀਂ ਹੋਣ ਦਿੰਦੇ ਜਿੰਨਾ ਚਿਰ ਪੀਪੀ ਕਿੱਟ ਜਿਹੜੀ ਉਹਨੇ ਪਾਈ ਨਾ ਹੋਵੇ ਉਹ ਆਪ ਹੀ ਜੇ ਕਿੱਟ ਨਾ ਪਾਈ ਹੋਏਗੀ ਉਹ ਵੀ ਉੱਥੋਂ ਥੋੜੇ ਜਿਹੇ ਤੁਹਾਨੂੰ ਪਤਾ ਹੀ ਹੈ ਜੋ ਹੋ ਰਿਹਾ ਜੇ ਡਾਕਟਰ ਹੀ ਅਸੀਂ ਆਪਣਾ ਪੇਸ਼ੈਂਟ ਬਣਾ ਦੇਣਾ ਤੇ ਫਿਰ ਇਲਾਜ ਕੌਣ ਕਰੇਗਾ ਨਿਰਮਲ ਸਿੰਘ ਖਾਲਸਾ ਦੇ ਨਾਲ ਜਿਹੜੇ ਰਾਗੀ ਸੀ ਸੁਲਤਾਨਪੁਰ ਰੋਡ ਦੇ ਉਹਨਾਂ ਦੇ ਪਰਿਵਾਰ ਦੇ ਸੈਂਪਲ ਲਿੱਤੇ ਗਏ ਉਹਦੇ ਚ ਕਿੰਨੇ ਪੋਜ਼ਿਟਿਵ ਆਏ ਉਹਦੇ ਚ ਤਿੰਨ ਜਿਹੜੇ ਨੇ ਦੋ ਪੋਜ਼ਿਟਿਵ ਆਏ ਨੇ ਇੱਕ ਦਾ ਅਜੇ ਚੱਲ ਰਿਹਾ ਉਹਦੇ ਵਿੱਚ ਬੱਚਾ ਵੀ ਹੈ ਕੋਈ ਹਾਂਜੀ ਬੱਚਾ ਵੀ ਬੱਚਾ ਕੋਈ ਬੱਚਾ ਹੈ ਜੀ ਇੱਕ ਬੱਚਾ ਜੀ ਸੋਨੀ ਸਾਹਿਬ ਜਿਹੜੀ ਆਡੀਓ ਚ ਗੱਲਾਂ ਕਰ ਰਹੇ ਨੇ ਕਿ ਇਸ ਤਰ੍ਹਾਂ ਮੈਨੂੰ ਇੱਥੇ ਬਹੁਤ ਦੇਖੋ ਗੱਲ ਯਾਰ ਹੁਣ ਜਦੋਂ ਉਹ ਆਏ ਮੈਂ ਵੀ ਸਾਰਾ ਸੁਣਿਆ ਜੀ ਮੈਂ ਵੀ ਸਾਰਾ ਸੁਣਿਆ ਡਾਕਟਰ ਸਾਹਿਬ ਦਾ ਜਵਾਬ ਵੀ ਦੇ ਰਿਹਾ ਵੀ ਬਾਪੂ ਜੀ ਤੁਹਾਨੂੰ ਜਿਹੜੀ ਆ ਮੈਡੀਸਨ ਦੇ ਚੁੱਕੇ ਸੋ ਮੈਡੀਸਨ ਜਿਹੜੀ ਹੈ ਜੀ ਇੱਥੇ ਤੇ ਤੁਹਾਨੂੰ ਪਤਾ ਮੈਡੀਸਨ ਜੋ ਅਸੀਂ ਦੇ ਰਹੇ ਹਾਂ ਸਾਰੇ ਹਿੰਦੁਸਤਾਨ ਚ ਜੋ ਪੇਸ਼ੈਂਟ ਨੂੰ ਦੇ ਰਹੇ ਹਾਂ ਉਹ ਇੱਥੇ ਦਿੱਤੀ ਜਾਂਦੀ ਉਹਦਾ ਕੋਈ ਟਾਈਮ ਨਹੀਂ ਹੈ ਚਾਰ ਘੰਟੇ ਜਿੰਨਾ ਚਿਰ ਪੂਰੇ ਨਹੀਂ ਮਿਲੇ ਉਹਨਾਂ ਨੂੰ ਦੁਬਾਰਾ ਜਿਹੜੀ ਹੈ ਨਹੀਂ ਦਿੱਤੀ ਜਾ ਸਕਦੀ ਡਾਕਟਰ ਕਹਿ ਰਿਹਾ ਬਾਪੂ ਜੀ ਤੁਹਾਡਾ ਇਲਾਜ ਹੋ ਰਿਹਾ ਅਸੀਂ ਤੁਹਾਨੂੰ ਡੋਜ਼ ਦੇ ਚੁੱਕੇ ਹਾਂ
4 ਘੰਟੇ ਬਾਅਦ ਜਿਹੜੀ ਆ ਉਹ ਦੁਬਾਰਾ ਦੇਣੀ ਆ ਸੋ ਇਸ ਕਰਕੇ ਦੋਸਤੋ ਦੀ ਇੱਕ ਹੀ ਆ ਸਾਰੇ ਹਿੰਦੁਸਤਾਨ ਦੇ ਜੋ ਅਸੀਂ ਸੋਨੀ ਸਾਹਿਬ ਜਿਹੜਾ ਆਡੀਓ ਚ ਉਹ ਬਾਰ ਬਾਰ ਇੱਕੋ ਗੱਲ ਆ ਹੁਣ ਮੈਂ ਵੀ ਅੱਜ ਮੀਟਿੰਗ ਕੀਤੀ ਆ ਉਹ ਸਾਡੇ ਸੀਐਮ ਸਾਹਿਬ ਬੜੇ ਚਿੰਤਤ ਸੀਗੇ ਇਸ ਗੱਲ ਨੂੰ ਲੈ ਕੇ ਉਹਨਾਂ ਕੋਲ ਗਈ ਆ ਸੋ ਉਸ ਕਰਕੇ ਅਸੀਂ ਮੀਟਿੰਗ ਕੀਤੀ ਸਾਰਾ ਵਿਊ ਕੀਤਾ ਮੈਂ ਤਿੰਨ ਦਿਨ ਪਹਿਲਾਂ ਵੀ ਮੀਟਿੰਗ ਕਰਕੇ ਗਿਆ ਸੀ ਸਾਰਾ ਕੁਝ ਵੇਖ ਰਹੇ ਆ ਹੁਣ ਦੇਖੋ ਐਵੇਂ ਕੋਈ ਗੱਲ ਅਸੀਂ ਕਰ ਦਈਏ ਤੇ ਉਹ ਮੈਂ ਨਾਲ ਠੀਕ ਨਹੀਂ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਦਿੱਤੀ ਗਈ ਆ ਉਹਨਾਂ ਨੂੰ ਵੱਖਰਾ ਰੂਮ ਦਿੱਤਾ ਗਿਆ ਸੋਨੀ ਸਾਹਿਬ ਸਿਹਤ ਮੰਤਰੀ ਪੰਜਾਬ ਦੇ ਇੱਕ ਉਹਨਾਂ ਨੇ ਆਦੇਸ਼ ਜਾਰੀ ਕੀਤਾ ਕਿ ਕੋਰੋਨਾ ਵਾਇਰਸ ਚੱਲਦੇ ਜਿੰਨੀਆਂ ਵੀ ਰਿਟਾਇਰਮੈਂਟਾਂ ਰੋਕ ਦਿੱਤੀਆਂ ਗਈਆਂ ਲੇਕਿਨ ਤੁਹਾਡੇ ਵਿਭਾਗ ਚੋਂ ਲਗਾਤਾਰ ਰਿਟਾਇਰਮੈਂਟ ਕੀਤੀ ਜਾ ਸੋ ਕੋਈ ਇਹੋ ਜਿਹੀ ਗੱਲ ਨੀ ਡਾਕਟਰਾਂ ਨੂੰ ਦਿੱਤੀ ਆ ਨਰਸਾਂ ਨੂੰ ਵੀ ਦਿੱਤੀ ਆ ਹੇਠਲੇ ਸਟਾਫ ਨੂੰ ਵੀ ਦਿੱਤੀ ਆ ਹੁਣ ਸਾਨੂੰ ਵੈਸੇ ਹੀ ਲੋੜ ਆ ਤੇ ਅਸੀਂ ਕਿਹਨੂੰ ਟਰੈਕ ਕਰਾਂਗੇ ਸਾਰਾ ਕੁਝ ਕਲੀਅਰ ਆ ਕੋਈ ਕਤਾਈ ਨੀ ਹੋਈ ਡਾਕਟਰ ਦੇਖੋ ਡਾਕਟਰ ਨੂੰ ਤੇ ਲੋਕ ਰੱਬ ਦਾ ਰੂਪ ਮੰਨਦੇ ਸਰ ਡਾਕਟਰ ਆਪਣੀ ਡਿਊਟੀ ਨਾਲ ਮੈਂ ਸਮਝਦਾ ਇਹੋ ਗੱਲਾਂ ਸੀ ਪਹਿਲਾਂ ਕੀਤੀਆਂ ਦਿਨ ਤੱਕ ਪਹਿਲਾਂ ਇਹਨਾਂ ਨਾਲ ਕਿ ਹੁਣ ਲੋੜ ਹੈ ਹੁਣ ਲੜਾਈ ਕਰਨ ਦੀ ਲੋੜ ਆ ਕੋਰੋਨਾ ਵਾਇਰਸ ਜਿਹੜਾ ਜੇ ਅਸੀਂ ਲੜਾਈ ਕਰਾਂਗੇ ਤੰਦੇ ਹੋ ਤੇ ਫਿਰ ਇਹਦੇ ਤੇ ਕਾਬੂ ਪਾਵਾਂਗੇ ਸੋ ਡਾਕਟਰ ਸਮਾਨ ਲੱਗੇ ਨੇ ਤੁਹਾਨੂੰ ਪਤਾ ਪਿੱਛੇ ਸਾਡੇ ਦੋ ਡਾਕਟਰ ਜਿਹੜੇ ਸੀ ਉਹ ਢਿੱਲੇ ਹੋਏ ਉਹਨਾਂ ਦੇ ਟੈਸਟ ਕੀਤੇ ਹੁਣ ਚਲੋ ਨੈਗੇਟਿਵ ਨਿਕਲਾ ਸੋ ਡਾਕਟਰ ਜੇ ਮਾੜੇ ਮੋਟੇ ਹੋ ਜਾਂਦੇ ਤੇ ਉੱਥੇ ਜਾਂਦੇ ਤਾਂ ਹੀ ਹੋ ਜਾਂਦਾ ਡਾਕਟਰਾਂ ਵੱਲੋਂ ਕੋਈ ਕਤਾਈ ਨਹੀਂ ਡਾਕਟਰ ਲੱਗੇ ਨੇ ਸਮਾਨ ਵੱਲੋਂ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਕੋਈ ਮੁਸ਼ਕਲ ਨਹੀਂ ਸੋ ਇਹਦਾ ਪੂਰੇ ਪੰਜਾਬ ਦੀ ਜੋ ਕਨੇਡਾ ਪ੍ਰਿੰਸੀਪਲ ਇੱਥੇ ਬਈ ਮੈਡਮ ਬਾਈਟ ਨਹੀਂ ਕਰਦਾ ਫਿਰ ਬਾਅਦ ਚ ਮੈਡਮ ਇਨਫੋਰਮੇਸ਼ਨ ਹੀ ਕੰਮ ਕਰੇਗੀ ਪੀਡੀ ਮੇਰੇ ਕੋਲੋਂ ਤਿੰਨ ਟਾਈਮ ਉਹ ਮੇਰੇ ਤੋਂ ਇਨਫੋਰਮੇਸ਼ਨ ਆਉਂਦੀ ਹੈ ਸਵੇਰੇ ਦੁਪਹਿਰ ਨੂੰ ਰਾਤ ਨੂੰ ਤੁਸੀਂ ਮੇਰੇ ਨਾਲ ਟੈਲੀਫੋਨ ਕਰ ਲਿਆ ਤੁਸੀਂ ਮੈਡਮ ਟੈਲੀਫੋਨ ਨਾਲ ਤਾਂ ਮੈਡਮ ਫੋਨ ਨਹੀਂ ਚੁੱਕਿਆ ਕਿ ਤੁਸੀਂ ਟਾਈਮ ਰੱਖ ਲਓ ਇੱਕ ਟਾਈਮ ਰੱਖ ਦੇਖੋ ਇਹ ਵੀ ਬਿਜੀ ਹੈ ਹੁਣ ਮੈਡਮ ਦੇ ਜੇ ਤੇ ਦੀ ਆਤਾ ਤੁਸੀਂ ਇੱਕ ਟਾਈਮ ਇੱਕ ਦਿਨ ਛੱਡ ਕੇ ਦੂਜੇ ਦਿਨ ਇਨਫੋਰਮੇਸ਼ਨ ਲੈ ਲਓ ਇਹਨਾਂ ਕੋਲੋਂ ਇਹ ਦੇਰ ਨੂੰ ਜਾ ਹੁਣ ਭੱਜੇ ਤੇ ਫਿਰਦੇ ਨੇ ਇਹ ਵੀ ਭੱਜੇ ਫਿਰਦੇ ਨੇ ਵਾਲਾ ਤੇ ਬਟ ਇਹ ਕੀ ਗਲਤ ਜਾਣਕਾਰੀ ਲੋਕਾਂ ਤੱਕ ਨਾ ਜਾਵੇ ਹੁਣ ਮੈਂ ਤੁਹਾਨੂੰ ਦੱਸ ਰਿਹਾ ਜੀ ਤੁਸੀਂ ਇਹ ਨਿਊਜ਼ ਲਾਉਣ ਤੋਂ ਪਹਿਲਾਂ ਮੇਰੀ ਤਾਂ ਮੇਰੇ ਰਿਕੁਐਸਟ ਆ ਉਹਦਾ ਤੁਸੀਂ ਮੈਡਮ ਪ੍ਰਿੰਸੀਪਲ ਨੂੰ ਕਹਿ ਦਿਓ ਸਾਨੂੰ ਬੋਲਣ ਤੇ ਫੇਲ ਹੋ ਗਿਆ ਸਾਹਿਬ ਉਹ ਹੀ ਕਹਿ ਰਹੇ ਨੇ ਕੋਲ ਤੁਸੀਂ ਆਪਣੇ ਤੁਸੀਂ ਮੈਂ ਇਹਨਾਂ ਨੂੰ ਸਪੇਸ ਕਰ ਦਿਆ ਕਰਾਂ 5 ਵਜੇ ਦਾ ਮੇਰੀ ਕੋਲ 5 ਵਜੇ ਤੁਸੀਂ ਕਿਹਾ ਪੱਕਾ ਰੱਖ ਲਓ ਇਹ ਤੁਹਾਨੂੰ ਬਰੀਫ ਕਰ ਦਿਆ ਸੋਨੀ ਸਾਹਿਬ ਹੁਣ ਬਾਕੀ ਜਿਹੜੇ ਕੁਆਰੰਟਾਈਨ ਦੇ ਕੋਲ ਕਿਹਨੇ ਪੰਜ ਦੇ ਜਿਹੜੇ ਪੌਂਚਰ ਦੇ ਜਿੰਦਾਂ ਦੇ ਟੈਸਟ ਕਰ ਲਏ ਗਏ ਤੱਕ ਜਿਹੜੇ ਟੈਸਟ ਹੋਏ ਨੇ ਅੰਮ੍ਰਿਤਸਰ ਉਹ 398 ਜਿਹੜੇ ਨੇ ਜਿਹੜੇ ਇੱਥੇ ਆਏ ਨੇ ਚਾਹੇ ਉਹ ਛੱਕੀ ਨੇ ਚਾਹੇ ਦੂਜੇ ਨੇ ਉਹਨਾਂ ਦੇ ਇੱਥੇ ਟੈਸਟ ਕੀਤੇ ਗਏ ਨੇ ਕਿਉਂਕਿ ਇੱਥੇ ਹੀ ਜਿਹੜੀ ਆ ਸਾਡੇ ਕੋਲ ਪਟਿਆਲੇ ਤੇ ਅੰਮ੍ਰਿਤਸਰ ਜਿਹੜੀਆਂ ਲੈਬ ਬਣੀਆਂ ਨੇ ਸਾਡੀਆਂ ਜਿੱਥੇ ਟੈਸਟ ਹੁੰਦੇ ਨੇ ਇੱਥੇ 398 ਪੇਸ਼ੈਂਟ ਆਏ ਸੀਗੇ ਉਹਨਾਂ ਚੋਂ ਹੁਣ ਇਸ ਵੇਲੇ ਜਿਹੜੇ ਨੇ ਪੌਜ਼ਿਟਿਵ ਜਿਹੜੇ ਸਾਡੇ ਪੌਜ਼ਿਟਿਵ ਆਏ ਸੀ ਟੈਸਟਾਂ ਦੀ ਗਿਣਤੀ ਜਿਹੜੀ ਆ ਉਹ 13 ਆਈ 13 ਸਰ ਉੱਥੇ ਸਾਰੇ ਬਾਕੀ ਡਿਸਟ੍ਰਿਕਟ ਦੇ ਬਾਕੀ ਡਿਸਟ੍ਰਿਕਟ ਦੇ ਜਿਹੜੇ ਸੀ ਕਿ ਕੋਈ ਇੱਥੋਂ ਚਲ ਗਏ 13 ਚੋਂ ਕੋਈ ਉੱਥੇ ਨਵੇਂ ਸ਼ਹਿਰ ਇੱਕ ਆਇਆ ਸੀ ਉਹ ਚਲ ਗਿਆ 8 ਸਾਡੇ ਕੋਲ ਤੇ 8 ਸਾਡੇ ਕੋਲ ਨੇ ਜਿਹੜੇ ਉਹਨਾਂ ਚੋਂ ਤਕਰੀਬਨ ਹੁਣ 4 ਜਿਹੜੇ ਨੇ ਸਾਡੇ ਕੋਲ ਪੌਜ਼ਿਟਿਵ ਨੇ 5 ਸਰ 5 ਪੌਜ਼ਿਟਿਵ ਨੇ ਤੇ 4 ਜਿਹਨਾਂ ਦਾ ਅੱਜ ਪਤਾ ਲੱਗ ਜਾਏਗਾ ਪੂਰਾ ਪਤਾ ਲੱਗ ਜਾਏਗਾ ਸ਼ਾਮਾਂ ਤੱਕ 5 ਵਜੇ ਤੱਕ ਜਿਹੜੇ ਦੁਬਾਰਾ ਟੈਸਟ ਜਿੱਦਾਂ ਦੇ ਕਰ ਰਹੇ ਆ ਪਹਿਲਾਂ ਪੌਜ਼ਿਟਿਵ ਦੇ ਆਏ ਦੁਬਾਰਾ ਫਿਰ ਉਹਨਾਂ ਦਾ ਕਰਨਾ ਚਾਹੀਦਾ ਸੋ ਜਿਹੜੇ ਅੱਜ ਤੱਕ ਦਾਖਲ ਹੋਏ ਮਰੀਜ਼ ਨੇ ਉਹ ਸਾਡੇ ਕੋਲ 72 ਨੇ ਬਾਕੀਆਂ ਨੂੰ ਸਾਰਿਆਂ ਨੂੰ ਟੈਸਟ ਕਰਕੇ ਕਰਾਂਗੇ 72 ਸਾਡੇ ਕੋਲ ਜਿਹੜੇ ਨੇ ਉਹ ਸੀਗੇ ਜਿਹਨਾਂ ਨੂੰ ਅਸੀਂ ਦਾਖਲ ਕੀਤਾ ਸੀਗਾ ਸੋ ਬਾਕੀ ਜਿਹੜੇ ਨੇ ਉਹ ਚਲ ਗਏ ਵਾਪਸ ਚਲ ਗਏ ਉਹਨਾਂ ਚੋਂ 9 ਜਿਹੜੇ ਨੇ ਸਾਡੇ ਕੋਲ ਬੱਤਰ ਜਿਹੜੇ ਹੁਣ ਤੱਕ ਕਿਤੇ ਸੀ ਐਡਮਿਟ ਹਾਂਜੀ
ਹੁਣ ਤੱਕ ਜਿਹੜੇ ਟੋਟਲ ਨਾ ਸਾਡੇ ਜਿਹੜੇ ਸਟ੍ਰੈਸਡ ਹੋ ਕੇ ਵੀ ਗਏ ਨੇ ਜਿਹੜੇ ਆਈਸੋਲੇਸ਼ਨ ਵਾਰਡ ਵਿੱਚ ਨੇ ਹੁਣ ਤੱਕ ਦਾਖਲ ਮਰੀਜ਼ ਜਿਹੜੇ ਨੇ ਉਹ 19 ਨੇ ਹਾਂਜੀ ਬਾਹਰ ਆ ਕੇ 20 ਹਾਂਜੀ 20 ਹੋ ਗਏ ਉਹ ਸਾਰੇ ਬਾਹਰ ਜਿਹੜੇ ਇੱਥੋਂ ਗਏ ਨੇ ਟੈਸਟ ਕਰਾ ਕੇ ਜਿਹਦੇ ਚੋਂ 9 ਜਿਹੜੇ ਨੇ ਸਾਡੇ ਕੋਲ ਬਾਕੀ ਜਿੱਥੋਂ ਤੱਕ ਪਟਿਆਲੇ ਦਾ ਜੇ ਪੁੱਛਣਾ ਤਾਂ ਮੈਂ ਉਹ ਵੀ ਤੁਹਾਨੂੰ ਦੱਸ ਸਕਦਾ ਹਾਂਜੀ ਅਸੀਂ ਪ੍ਰਿੰਸੀਪਲ ਨੂੰ ਮਾਰਨਾ ਦਿੱਤੇ ਨੇ ਤੇ ਇੱਥੇ ਐਮਰਜੈਂਸੀ ਜਿਹੜੀ ਲੋੜ ਆ ਉਹ ਤੁਸੀਂ ਜਿਹੜੀ ਚੀਜ਼ ਦੀ ਲੋੜ ਆ ਤੁਸੀਂ ਲੈ ਲਓ ਆਪਣੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਸਰਕਾਰ ਵੱਲੋਂ ਲੜਾਂਗੇ ਤੇ ਅਸੀਂ ਜਰੂਰ ਕਾਮਯਾਬ ਹੋਵਾਂਗੇ ਤੇ ਲੜਾਈ ਜਿੱਤਾਂਗੇ ਇਹ ਸਾਨੂੰ ਪੂਰੀ ਆਸ ਆ ਪਰਮਾਤਮਾ ਕਿਰਪਾ ਕਰੂਗਾ ਜਿਸ ਤਰ੍ਹਾਂ ਸਾਡੇ ਸੀਐਮ ਸਾਹਿਬ ਰਾਤ ਦਿਨ ਲੱਗੇ ਨੇ ਅਸੀਂ ਇਹਦੇ ਤੇ ਕਾਬੂ ਪਾਵਾਂਗੇ ਲੜਾਈ ਜ਼ਰੂਰ ਜਿੱਤਾਂਗੇ ਸੋ ਇੱਕ ਵਾਰ ਮੇਰੀ ਸਾਰਿਆਂ ਨੂੰ ਤੁਹਾਡੇ ਥਰੂ ਬੇਨਤੀ ਆ ਕਿ ਸਾਰੇ ਆਪਣੇ ਘਰਾਂ ਚ ਰਹਿਣ ਸਾਡਾ ਸਾਥ ਦੇਣ ਸਰਕਾਰ ਸਾਰੇ ਆਪਣੇ ਘਰਾਂ ਚ ਰਹਿਣ ਹਰ ਚੀਜ਼ ਜਿਹੜੀ ਆ ਉਹਨਾਂ ਨੂੰ ਪ੍ਰੋਵਾਈਡ ਕਰਾਈ ਜਾਊਗੀ ਸਰਕਾਰ ਵੱਲੋਂ ਸੋ ਜਿਹੜੇ ਗਰੀਬ ਸਾਡੇ ਲੋਕ ਨੇ ਉਹਨਾਂ ਨੂੰ ਸਰਕਾਰ ਲੈਵਲ ਤੇ ਅਸੀਂ ਚਾਲੂ ਵੀ ਕਰਤਾ ਦਾਨੀ ਸੱਜਣ ਜਿਹੜੇ ਨੇ ਅਸੀਂ ਰੋਜ਼ ਗੱਡੀਆਂ ਤੋੜ ਰਹੇ ਹਾਂ ਜਿੱਥੇ ਜਿੱਥੇ ਗਰੀਬ ਬਸਤੀਆਂ ਨੇ ਉਹਨਾਂ ਵਾਸਤੇ ਸਰਕਾਰ ਵੱਲੋਂ ਵੀ ਤੇ ਦਾਨੀ ਸੱਜਣਾਂ ਵੱਲੋਂ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਉਹਨਾਂ ਨੂੰ ਉੱਥੇ ਪ੍ਰੋਵਾਈਡ ਕਰਾਇਆ ਜਿਹੜੇ ਬਾਹਰ ਦੇ ਏਰੀਏ ਨੇ ਉੱਥੇ ਲੰਗਰ ਜਿਹੜੇ ਨੇ ਲਾਏ ਗਏ ਨੇ ਲੰਗਰ ਲਾ ਕੇ ਲੋਕਾਂ ਦੇ ਘਰਾਂ ਚ ਪਹੁੰਚਾਏ ਜਾ ਰਹੇ ਨੇ ਰਾਸ਼ਨ ਪਕਾ ਕੇ ਵੀ ਪਹੁੰਚਾਇਆ ਜਾ ਰਿਹਾ ਤੁਸੀਂ ਵੇਖੋ ਕੋਈ ਮੁਸ਼ਕਿਲ ਨਹੀਂ ਆ ਰਹੀ ਸਾਰਾ ਸਿਸਟਮ ਜਿਹੜਾ ਸਰਕਾਰ ਕੀਤਾ ਸਾਡਾ ਪ੍ਰਸ਼ਾਸਨ ਖਾਸ ਕਰਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਡੇ ਕਮਿਸ਼ਨਰ ਪੁਲਿਸ ਤੇ ਸਾਡੇ ਹੋਰ ਇਹਨਾਂ ਦੇ ਜਿੰਨੀ ਟੀਮ ਹੈ ਸਾਰੀ ਟੀਮ ਰਾਤ ਦੇ ਲੱਗੀ ਆ ਤੁਸੀਂ ਡਿਪਟੀ ਕਮਿਸ਼ਨਰ ਭਾਵੇਂ ਰਾਤ 12 ਵਜੇ ਟੈਲੀਫੋਨ ਕਰ ਲਓ ਤੁਸੀਂ ਕਮਿਸ਼ਨਰ ਪੁਲਿਸ ਨੂੰ ਰਾਤ 12 ਵਜੇ ਟੈਲੀਫੋਨ ਕਰ ਲਓ ਉਸੇ ਵੇਲੇ ਤੁਹਾਡਾ ਟੈਲੀਫੋਨ ਪੁੱਛਣਗੇ ਪਤਾ ਕਰ ਰਿਹਾ ਕਿ ਉਹਦੇ ਕਿੱਥੇ ਕਿੱਥੇ ਸਾਡੇ ਸਰ ਉਹ ਕਿੱਥੇ ਗਿਆ ਸਾਰਾ ਕੁਝ ਉਹਦਾ ਪਤਾ ਕਰਾ ਰਿਹਾ ਤੁਸੀਂ ਵੇਖੋ ਵੀ ਕਿੰਨੀ ਮਿਹਨਤ ਤੇ ਪੁਲਿਸ ਕਿੰਨੀ ਲੱਗੀ ਹੈ ਪੁਲਿਸ ਪ੍ਰਸ਼ਾਸਨ ਕਿਸ ਤਰ੍ਹਾਂ ਲੱਗਾ ਜਰਾ ਕੁ ਪਤਾ ਲੱਗਦਾ ਉੱਥੇ ਉਹਨਾਂ ਦਾ ਸਾਰਾ ਕੁਝ ਇਲਾਕਾ ਹੀ ਸੀਲ ਕਰ ਦਿੰਦੇ ਸੋ ਜਾਂਦੇ ਆ ਨਾ ਸਾਡੇ ਪੇਸ਼ੈਂਟ ਨੂੰ ਲੈਣ ਵੀ ਸਾਡੇ ਮੁਲਾਜ਼ਮ ਵੀ ਜਾਂਦੇ ਆ ਨਾ ਪੁਲਿਸ ਜਾ ਰਹੀ ਹੈ ਨਾ ਆਪਣੇ ਆਪ ਨੂੰ ਝੋਕ ਕੇ ਹੀ ਜਾ ਰਹੇ ਨੇ ਸੋ ਸਾਰੇ ਜਾ ਰਹੇ ਨੇ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਸੀਐਮ ਤੋਂ ਲਾ ਕੇ ਕੇਸਾਂ ਤੱਕ ਇੱਕ ਇੱਕ ਸਾਡੇ ਜਿੰਨੇ ਵੀ ਪ੍ਰਸ਼ਾਸਨ ਆ ਮੁਲਾਜ਼ਮ ਨੇ ਡਾਕਟਰ ਨੇ ਨਰਸਾਂ ਨੇ ਸਾਰੀ ਆਪਣੀ ਡਿਊਟੀ ਨਿਭਾ ਰਹੇ ਨੇ ਤੁਸੀਂ ਜਿਹੜੀ ਵੀ ਕੋਈ ਆਪਣੀ ਗੱਲ ਕਰਦਾ ਤੁਸੀਂ ਇੱਕ ਵਾਰ ਸਾਡੇ ਅਫਸਰ ਸਮਾਨ ਨਾਲ ਗੱਲ ਕਰ ਲਿਆ ਕਰੋ ਤੁਹਾਨੂੰ ਸਰੀਅਤ ਦਾ ਪਤਾ ਜਿਹੜਾ ਸਾਰਾ ਲੱਗੇਗਾ ਸੋ ਥੋੜ੍ਹਾ ਜਿਹਾ ਜਿਹੜਾ ਲੋਕਾਂ ਨੂੰ ਇਹੋ ਹੀ ਬੇਨਤੀ ਕਰਦੇ ਹਾਂ ਕਿ ਅਫਵਾਹਾਂ ਤੋਂ ਬਚੋ ਤੇ ਆਪਣੇ ਘਰਾਂ ਚ ਰਹੋ ਇਹ ਮੇਰੀ ਸਾਰਿਆਂ ਨੂੰ ਬੇਨਤੀ ਇਸ ਤੋਂ ਇਲਾਵਾ ਮੈਡੀਕਲ ਹਸਪਤਾਲ ਦੇ ਪ੍ਰਿੰਸੀਪਲ ਦਾ ਕਹਿਣਾ ਕਿ ਭਾਈ ਖਾਲਸਾ ਦੇ ਇਲਾਜ 'ਚ ਡਾਕਟਰਾਂ ਨੇ ਡਿਊਟੀ ਸਹੀ ਤਰੀਕੇ ਨਾਲ ਨਿਭਾਈ ਹੈ ਉਹ ਮੀਟਿੰਗ ਜੋ ਪ੍ਰੋਬਲਮਸ ਅੱਜ ਅਸੀਂ ਫੇਸ ਕਰ ਰਹੇ ਹਾਂ ਜੋ ਮੀਡੀਆ ਵਿੱਚ ਕਾਲਜ ਦੇ ਬਾਰੇ ਕਿਹਾ ਜਾ ਰਿਹਾ ਉਹ ਸਾਰੇ ਨੂੰ ਡਿਸਕਸ ਕਰਨ ਲਈ ਮੀਟਿੰਗ ਕੀਤੀ ਗਈ ਮੈਮ ਬਾਬਾ ਨਿਰਮਲ ਸਿੰਘ ਜੀ ਇੱਕ ਰਿਕਾਰਡਿੰਗ ਵਾਇਰਲ ਹੋਈ ਹੈ ਉਹਦੇ ਬਾਰੇ ਤੁਸੀਂ ਕਹਿਣਾ ਚਾਹੁੰਦੇ ਬਾਬਾ ਨਿਰਮਲ ਸਿੰਘ ਜੀ ਦੀ ਰਿਕਾਰਡਿੰਗ ਦੇ ਵਿੱਚ ਤਾਂ ਬਹੁਤ ਕਲੀਅਰ ਕੱਟ ਉਹ ਡਾਕਟਰ ਸਾਹਿਬ ਦੱਸ ਰਹੇ ਨੇ ਹੂ ਇਜ਼ ਔਨ ਡਿਊਟੀ ਕਿ ਬਾਬਾ ਜੀ ਦਾ ਟ੍ਰੀਟਮੈਂਟ ਪ੍ਰੋਪਰ ਚੱਲ ਰਿਹਾ ਉਹ ਟਾਈਮ ਸੀਗਾ ਜਿਸ ਵੇਲੇ ਬਾਬਾ ਜੀ ਨੂੰ ਵੈਂਟੀਲੇਟਰ 'ਤੇ ਪਾਉਣ ਦੀ ਨੌਬਤ ਆ ਗਈ ਸੀ ਉਹ ਵੀ ਘਬਰਾਏ ਹੋਏ ਸੀ ਘਰ ਦੇ ਵੀ ਬਹੁਤ ਜ਼ਿਆਦਾ ਘਬਰਾਏ ਹੋਏ ਸੀਗੇ
ਤੇ ਸ਼ਾਇਦ ਇਸ ਕਰਕੇ ਉਹਨਾਂ ਨੂੰ ਲੱਗ ਰਿਹਾ ਹੋਵੇਗਾ, ਨਾਲੇ ਜਿਹੜੀ ਦਵਾਈ ਦੇਣੀ ਹੁੰਦੀ ਹੈ ਉਹ ਐਸ ਪਰ ਸ਼ਡਿਊਲ ਦੇਣੀ ਹੁੰਦੀ ਹੈ, ਠੀਕ ਹੈ ਨਾ। ਹਰ ਮੈਡੀਸਿਨ ਦਾ ਆਪਣਾ ਆਪਣਾ ਸ਼ਡਿਊਲ ਹੁੰਦਾ ਔਰ ਉਸ ਤਰ੍ਹਾਂ ਦਿੱਤੀ ਜਾਂਦੀ ਹੈ, ਔਰ ਉਹ ਡਾਕਟਰ ਐਕਸਪਲੇਨ ਵੀ ਕਰ ਰਹੇ ਨੇ ਉਹਨਾਂ ਦੇ ਕਰਦਿਆਂ ਨੂੰ ਕਿ ਉਹਨਾਂ ਨੂੰ ਮੈਡੀਸਿਨ ਔਰ ਟ੍ਰੀਟਮੈਂਟ ਪ੍ਰੋਪਰ ਚੱਲ ਰਹੀ ਹੈ। ਮੈਮ ਜਿੰਨੇ ਪੇਸ਼ੈਂਟ ਹੈਗੇ ਉਹਨਾਂ ਦੀ ਡਿਟੇਲ ਬਤਾ ਸਕਦੇ ਤੁਸੀਂ? ਇਸ ਤਰ੍ਹਾਂ ਤਾਂ ਨਹੀਂ, 72 ਪੇਸ਼ੈਂਟਸ ਆ ਚੁੱਕੇ ਨੇ ਅੱਜ ਤੱਕ, ਇਸ ਵੇਲੇ 15 ਦਾਖਲ ਨੇ ਸਾਡੇ ਕੋਲ, 15 ਅੰਡਰ ਟੈਸਟਿੰਗ, 5 ਆਲਰੇਡੀ ਜਿਹੜੇ ਹੈਗੇ ਨੇ ਐਡਮਿਟਿਡ ਨੇ। ਅਤੇ ਡਿਟੇਲ ਵਾਸਤੇ ਤਾਂ ਫਿਰ ਇਸ ਵਕਤ ਮੇਰੇ ਕੋਲ ਡਿਟੇਲ ਨਹੀਂ ਹੈ। ਓਕੇ, ਜੋ ਸਾਡੇ ਕੋਲ ਅੱਜ ਤੱਕ ਟੋਟਲ ਪੇਸ਼ੈਂਟਸ ਆ ਚੁੱਕੇ ਨੇ, 72 ਪੇਸ਼ੈਂਟਸ ਆ ਚੁੱਕੇ ਨੇ ਸਾਡੇ ਕੋਲ, ਉਹਨਾਂ ਅੱਜ ਦੇ ਦਿਨ ਵਿੱਚ ਸਾਡੇ ਕੋਲ 19 ਪੇਸ਼ੈਂਟਸ ਹੈ, ਉਹਨਾਂ ਵਿੱਚੋਂ 5 ਪੋਜ਼ਿਟਿਵ ਹੈ, ਠੀਕ ਹੈ। 15 ਟੈਸਟ ਚੱਲਦੇ ਪਏ ਨੇ ਅੱਜ ਤੱਕ, ਆਊਟ ਆਫ ਦੀਸ 72 ਪੇਸ਼ੈਂਟਸ 8 ਹੀ ਪੋਜ਼ਿਟਿਵ ਆਏ ਨੇ, ਇੱਕ ਪੇਸ਼ੈਂਟ ਠੀਕ ਹੋ ਕੇ ਚਲਾ ਗਿਆ, 2 ਦੀ ਡੈਥ ਹੋ ਚੁੱਕੀ ਹੈ। ਅੰਮ੍ਰਿਤਸਰ ਦਾ ਜਿਹੜਾ ਪੇਸ਼ੈਂਟ, ਉਹਨਾਂ ਦੇ ਫੈਮਿਲੀ ਦੀ ਅੱਜ ਰਿਪੋਰਟ ਆਏਗੀ, ਟੈਸਟ ਚੱਲ ਰਹੇ ਉਹਨਾਂ ਦੇ। ਤੇ ਮੈਮ ਬਾਬਾ ਜੀ ਨਿਰਮਲ ਸਿੰਘ ਜੀ ਦੇ ਜਿਹੜੇ ਫੈਮਿਲੀ ਮੈਂਬਰ ਕਿਹੜੇ ਕਿਹੜੇ ਉਹਨਾਂ ਦੇ ਵਿੱਚ ਆਏ? ਉਹਨਾਂ ਵਿੱਚੋਂ ਉਹਨਾਂ ਦੇ ਭਾਬੀ ਜੀ ਦਾ ਪੋਜ਼ਿਟਿਵ ਹੈ, ਉਹ ਐਡਮਿਟਿਡ ਨੇ ਜੀ। ਤੇ ਦੋ ਹੋਰ ਹੈਗੇ ਜੀ ਉਹਨਾਂ ਦੇ ਨਾਲ ਜਿਹੜੇ ਰਹਿੰਦੇ, ਉਹਨਾਂ ਦਾ ਟੈਸਟ ਕਨਫਰਮੇਟਰੀ ਚੱਲ ਰਿਹਾ ਜੀ। ਦੱਸ ਦਈਏ ਕਿ ਭਾਈ ਨਿਰਮਲ ਸਿੰਘ ਖਾਲਸਾ ਦੀ ਆਪਣੇ ਬੇਟੇ ਨਾਲ ਆਡੀਓ ਵਾਇਰਲ ਹੋਈ ਹੈ, ਜਿਸ ਵਿੱਚ ਉਹਨਾਂ ਵੱਲੋਂ ਹਸਪਤਾਲ ਦੇ ਪ੍ਰਬੰਧਾਂ ਦੀ ਪੋਲ ਖੋਲੀ ਗਈ ਅਤੇ ਹੁਣ ਸਿਆਸਤ ਵੀ ਕਰਮਾਉਣਾ ਸ਼ੁਰੂ ਹੋ ਗਈ। ਅੰਮ੍ਰਿਤਸਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ, ਗਲੋਬਲ ਪੰਜਾਬ ਟੀਵੀ।